ਹਜ਼ਰਤ ਮਾਮੂ ਮੌਲਾ ਬਖਸ਼ ਥਾਣੇ ਵਾਲਾ ਪੀਰ ਮੋਨਕ, ਇਹ ਪੀਰ ਦੀ ਦਰਗਾਹ ਹੈ। ਹਜ਼ਰਤ ਮਾਮੂ ਅੱਲਾ ਬਖਸ਼ ਪੀਰ ਦੀ ਦਰਗਾਹ ਜੀ ਹੈ। ਇਹ ਇਮਾਰਤ ਪੁਰਾਣੀ ਹੈ ਬਾਈ ਜੀ? ਇਹ ਅੱਛਾ, ਇਹ ਪੀਰ ਦੀ ਦਰਗਾਹ ਸਾਰੀ ਹੈ ਭਾਈ? ਪੀਰ ਦੀ ਹੈ। ਮੈਂ ਤਾਂ ਮਾਂਡੀ ਵੀ ਤੋਂ ਹਾਂ ਜੀ। ਇਹ ਸਾਰੀ ਪੁਰਾਣੀ ਇਮਾਰਤ ਹੈ? ਠੀਕ ਹੈ ਜੀ। ਬੋਲੇ ਮਾੜਾ ਜਿਹਾ, ਕਿਆ ਪੀਰ ਦਰਗਾਹ ਨਾਮ ਕੀ ਹੈ ਜੀ? ਮਾਮੂ ਵਾਲਾ, ਹਜ਼ਰਤ ਮਾਮੂ ਅੱਲਾ ਬਖਸ਼ ਜੀ। ਠੀਕ ਹੈ ਜੀ। ਇਹ ਕੌਣ ਤੋਂ ਇੱਥੇ ਦਰਗਾਹ ਮੌਜੂਦ ਹੈ ਜੀ? ਇਹ ਕਿਲੇ ਤੋਂ ਪਹਿਲਾਂ ਜੀ। ਹਾਂਜੀ, ਕਿਲੇ ਤੋਂ ਪਹਿਲਾਂ ਵੀ ਹੈ। ਅੱਛਾ ਅੱਛਾ, ਠੀਕ ਹੈ ਜੀ। ਥਾਣਾ ਹੁੰਦਾ ਸੀ ਪਹਿਲਾਂ? ਅੱਛਾ ਜੀ, ਪੁਰਾਣਾ ਥਾਣਾ ਹੁੰਦਾ। ਥਾਣਾ ਹੁੰਦਾ ਸੀ, ਥਾਣਾ ਵਜਿਆ ਬਾਹਰ ਜੀ, ਫਿਰ ਜਿੰਨਾ ਸਟਾਫ ਸਾਰ ਉੱਥੇ ਮੱਥਾ ਟੇਕਣ ਵਾਸਤੇ ਹੁੰਦਾ। ਠੀਕ ਹੈ ਜੀ। ਇਹ ਸਾਰੀ ਪੁਰਾਣੇ ਬਿਲ ਦੀ ਹੈ, ਕਾਫੀ ਟਾਈਮ ਪੁਰਾਣੀ ਹੈ ਜੀ। ਹਜ਼ਾਰਾਂ ਸਾਲ ਜੀ, ਹਜ਼ਾਰਾਂ ਸਾਲ ਪੁਰਾਣੀ ਦਰਗਾਹ ਜੀ। ਕੰਮ ਚੱਲ ਰਿਹਾ ਜੀ ਇੱਥੇ, ਲੰਗਰ ਵਾਲਾ ਬਣੂਗਾ ਇੱਥੇ। ਠੀਕ, ਇੱਥੇ ਲੰਗਰ ਬਣਾਉਣ ਵਾਸਤੇ ਬਣਾ ਰਹੇ ਹੁੰਦੇ ਨੇ ਬਾਬਾ ਜੀ ਦੇ ਸਾਲ, ਦੋ ਸਾਲ 'ਚ ਦੋ ਬਣਾ ਰਹੇ ਹੁੰਦੇ। ਅੱਛਾ ਜੀ, ਇਹ ਭੰਡਾਰਾ ਕਦੋਂ ਹੁੰਦਾ? ਸਾਲ 'ਚ ਦੋ ਵਾਰੀ? ਗਿਆਰਵੇਂ ਮਹੀਨੇ 'ਚ ਹੁੰਦਾ ਜੀ ਇੱਕ ਤਾਂ। ਹਾਂਜੀ, ਇੱਕੀ ਸ਼ਿਵਰਾਤਰੀ ਆਊਗੀ ਜਿਹੜੀ ਹੁੰਦਾ ਜੀ। ਅੱਛਾ ਜੀ, ਠੀਕ ਠੀਕ।
ਇਹ ਮੁੰਡ ਦੀ ਮੇਨ ਪਾਰਕ ਹੈ। ਮੁਣਕ ਦੀ ਹੰਸਰਾਜ ਪਾਰਕ ਭਾਈਜਾਨ, ਇਹ ਮੁਣਕ ਦਾ ਸਟੇਡੀਅਮ ਹੈ, ਖੇਡ ਸਟੇਡੀਅਮ ਜਿੱਥੇ ਬੱਚੇ ਖੇਡਣ ਵਾਸਤੇ ਆਉਂਦੇ ਨੇ। ਸ਼ੰਕਰ ਜੀ ਦਾ ਮੰਦਰ, ਅੱਛਾ, ਇਹ ਭਗਵਾਨ ਨਾਗੇਸ਼ਵਰ ਮੰਦਰ ਜੀ ਜੋ ਦਰਗਾਹ ਦੇ ਵਿੱਚ ਮੌਜੂਦ ਹੈ। ਤੁਸੀਂ ਇਹਦਾ ਸੇਵਾ ਕਰਦੇ ਹੋ ਜੀ? ਠੀਕ ਹੈ ਜੀ। ਇਹ ਹਜ਼ਰਤ ਮਾਮੂ ਵਾਲਾ ਬਖਸ਼ ਥਾਣੇ ਵਾਲਾ ਪੀਰ ਦੀ ਦਰਗਾਹ ਹੈ ਜੀ, ਬਹੁਤ ਸੁੰਦਰ ਬਣਾਇਆ ਹੋਇਆ ਜੀ ਅੰਦਰੋਂ। ਬਹੁਤ ਸੁੰਦਰ ਬਣਾਈ ਹੋਈ ਹੈ ਇਮਾਰਤ ਜੀ, ਇੱਥੇ ਕਾਰ ਸੇਵਾ ਚੱਲੀ ਜਾਂਦੀ ਹੈ ਜੀ ਬਾਬਾ ਜੀ ਦਾ ਦਰਬਾਰ ਹੈ। ਠੀਕ ਹੈ ਜੀ। ਆਲ ਵਾਲਾ ਜਿਹੜਾ ਬੜਾ ਸੋਹਣਾ ਹੁੰਦਾ ਹੈ, ਕੋਈ ਦਾਨ ਪੱਤਰ ਕਿਸੇ ਨੂੰ ਦੇਣਾ, ਕੋਈ ਸਮੈਂਟ ਸਰੀਆ ਸੀਟ ਜੋ ਵੀ ਕੁਛ ਭਾਵਨਾ ਹੈ ਕੋਈ। ਠੀਕ ਹੈ ਜੀ। ਕਿਸੇ ਨੇ ਸੇਵਾ ਕਰਨੀ ਹੋਈ ਸੇਵਾ ਕਰ ਸਕਦਾ ਇੱਥੇ ਜੀ, ਦਾਨ ਕਰ ਸਕਦਾ ਜੀ। ਬਾਬਾ ਜੀ ਦਰਗਾਹ ਜੀ ਮਾਮੂ ਵਾਲਾ ਬਖਸ਼ ਜੀ ਥਾਣੇ ਵਾਲਾ ਪੀਰ ਹੈ ਜੀ ਇਹ, ਅਤੇ ਇੱਥੇ ਮੁੜ ਜੀ ਨੂੰ ਫੜ ਕੇ ਜਾਂਦੇ ਸੀ ਪਹਿਲਾਂ, ਬਜ਼ੁਰਗ ਦਾ ਦੱਸਦੇ ਜੀ ਚੀਜ਼ਾਂ, ਅਤੇ ਬਾਬਾ ਜੀ ਤਾਂ ਇੱਥੇ ਹਜੇ ਨਾਜੇ ਕਰਦੇ ਸੀ, ਸੱਚ ਬੋਲਦਾ ਸੀ, ਕੋਈ ਥੱਪੜ ਨਹੀਂ ਮਾਰਦੇ ਸੀ, ਕੋਈ ਡੰਡਾ ਨਹੀਂ ਮਾਰਦੇ ਸੀ। ਮਤਲਬ ਜੀ ਬਾਬਾ ਜੀ ਦੀ ਕਿਰਪਾ ਹੈ ਜੀ, ਇੱਥੇ ਸੱਚ ਬੋਲਦਾ ਸੀ ਕੋਈ।
ਇਹ ਭੰਡਾਰਾ ਕਦੋਂ ਹੁੰਦਾ ਜੀ ਇੱਥੇ? 11ਵੇਂ ਮਹੀਨੇ ਚ ਭੰਡਾਰਾ ਹੁੰਦਾ ਜੀ। ਦੋ ਭੰਡਾਰੇ ਹੁੰਦੇ ਆ ਸਾਲ ਚ? ਮਹਾਸ਼ਿਵਰਾਤਰੀ ਦਾ ਹੁੰਦਾ ਜੀ 8ਵੇਂ ਮਹੀਨੇ ਚ। ਅੱਛਾ ਜੀ, ਇੱਕ 11ਵੇਂ ਮਹੀਨੇ ਚ ਬਾਬਾ ਜੀ ਦਾ ਦਰਗਾਹ। ਇਹ ਦਰਗਾਹ ਸਰ ਕੌਣ ਦੀ ਪੁਰਾਣੀ, ਕਿੰਨਾ ਟਾਈਮ? ਬਹੁਤ ਪੁਰਾਣੀ ਹੈ ਜੀ। ਅੱਛਾ, ਕਾਫੀ ਪੁਰਾਣੀ ਹੈ ਜੀ। ਲੱਖੋਂ ਹਜ਼ਾਰੋਂ ਸਾਲ ਮੰਨ ਲਓ ਜੀ। ਠੀਕ ਹੈ ਜੀ, ਬਾਬਾ ਜੀ ਦਰਗਾਹ ਨੇ। ਠੀਕ ਹੈ ਜੀ, ਬਾਕੀ ਇੱਥੇ ਕੰਮ ਚੱਲੀ ਜਾਂਦੇ ਕਾਰ ਸੇਵਾ ਦਾ ਜੀ। ਠੀਕ ਹੈ ਜੀ।